वैश्विक महामारी कोरोना वायरस की वैक्सीन लभन दे विच पूरी दुनिया के डॉक्टर साइंटिस्ट लगे हुए ने। जब तक इस महामारी की कोई दवाई नहीं आती तद तक सानू सारियां नू जो सेहत विभाग के वलों हिदायतां दित्तियां गईयां ने उन्हां दी पालना करनी है। कोविड सेंटरां दे विच इलाज करवा रहे पीड़ित मरीजों के वलों एक चंगी खबर सामने आ रही है। उन्हां दा मनोबल उच्चा होया है। उत्थे इलाज जिहड़े बच्चे करवा रहे ने उह हुण किताबां दी मंग कर रहे ने। कपूरथला के कोविड सेंटर दे विच इलाज करवा रहे पीड़ितों का मनोबल उच्चा है, जिसकी पुष्टि उन्होंने जो टैब दिए गए हैं उन्होंने राही हो रही ऑनलाइन गलबात तो लगाया जा सकता है। दरअसल कपूरथला के विधायक राणा गुरजीत सिंह दे वल्लों कोविड 19 सेंटरों के भी टैब वंडे गए हैं और जिहड़े उत्थे लोग इलाज करवा रहे हैं उन्होंने नाल रोजाना गलबात भी होंदी है। इस तरह के नाल जिहड़े लोगों को उत्थे मुश्किल आ रही ने उन्होंने मुश्किलों का हल भी जल्द ही करवा दिता जाता है। जिक्र खास है कि जिहड़े लोग कोरोना वायरस की चपेट के विच ने उन्होंने इस बीमारी के नाल लड़ना है और समाज ने उन्हां लोगों नूं सहयोग करना है, ना कि उन्हां दे नाल समाजिक मतभेद करना है। अजिहे दे विच सानूं सारियां नूं कोविड 19 पीड़ित मरीजों का मनोबल उच्चा चकना चाहिए है। ਜੇ ਆਪਾਂ ਗੱਲ ਕਰੀਏ ਤੁਸੀਂ ਅੰਦਰ ਟੈਬ ਦੀ ਸੁਵਿਧਾ ਦਿੱਤੀ ਹੈ ਔਰ ਆਊਟਪੁੱਟ ਕੀ ਨਿਕਲ ਕੇ ਆ ਰਹੀ ਹੈ, ਲੋਕ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਨੇ, ਕੀ ਮੰਗ ਕਰ ਰਹੇ ਨੇ, ਕੀ ਉਹਨਾਂ ਦੇ ਵਿਚਾਰ ਨੇ? ਮੈਂ ਤਾਂ ਪਹਿਲਾਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਕਹਾਂਗਾ ਕਿ ਆਪਾਂ ਬਿਮਾਰੀ ਨਾਲ ਲੜਨਾ, ਬਿਮਾਰ ਨਾਲ ਨਹੀਂ ਲੜਨਾ। ਔਰ ਬਿਮਾਰ ਜਿਹੜਾ ਅੰਦਰ ਕੋਵਿਡ ਸੈਂਟਰ 'ਚ ਆ ਉਹਨੂੰ ਅੱਜ ਮੋਰਲ ਸਪੋਰਟ ਦੀ, ਉਹਨੂੰ ਹੱਲਾਸ਼ੇਰੀ ਦੀ ਲੋੜ ਹੈ, ਡਿਪਰੈਸ਼ਨ 'ਚ ਨਾ ਚਲ ਜਾਣ। ਇਹ ਟੈਬ ਇਸ ਕਰਕੇ ਦਿੱਤਾ ਗਿਆ ਕਿ ਉਹ ਚਾਹੇ ਮਨੋਰੰਜਨ ਚਾਹੇ ਧਾਰਮਿਕ ਨੈੱਟਫਲਿਕਸ ਦੇ ਉੱਤੇ ਜੋ ਦੇਖਣਾ ਚਾਹੁਣ ਦੇਖ ਸਕਦੇ ਆ। ਠੀਕ ਹੈ, ਇੱਕ ਬੱਚੀ ਸੀ 8 ਸਾਲ ਦੀ, 8ਵੀਂ 'ਚ ਪੜ੍ਹਦੀ ਆ। ਉਸ ਬੱਚੀ ਨੂੰ ਮੈਂ ਪੁੱਛਿਆ ਕਿ ਵੀ ਤੈਨੂੰ ਕੋਈ ਤਕਲੀਫ, ਮੈਂ ਤਾਂ ਸੋਚਿਆ ਚੌਕਲੇਟ ਮੰਗੂਗੀ, ਬਿਸਕੁਟ ਮੰਗੂਗੀ। ਉਹ ਕਹਿੰਦੀ ਜੀ ਮੈਨੂੰ ਕਿਤਾਬਾਂ ਭੇਜੋ ਤਾਂ ਕਿ ਮੈਂ ਪੜ੍ਹ ਸਕਾਂ। ਸੋ ਮੈਂ ਅੱਜ DO ਦੀ ਡਿਊਟੀ ਲਾਵਾਂਗਾ ਕਿ 8ਵੀਂ ਦਾ ਕੋਰਸ ਦੀਆਂ ਜਿੰਨੀਆਂ ਕਿਤਾਬਾਂ ਨੇ ਹੋਰ 8ਵੀਂ ਦੇ ਬੱਚੇ ਨੂੰ ਕਿਸ ਕਿਸਮ ਦਾ ਇਤਿਹਾਸ ਪੜ੍ਹਨਾ ਚਾਹੀਦਾ, ਉਹਦੀਆਂ 2-4 ਕਿਤਾਬਾਂ ਨਾਲ ਜ਼ਰੂਰ ਭੇਜਾਂਗਾ ਉਹ ਬੱਚੀ ਨੂੰ। ਜਿਹੜੇ ਲੋਕ ਅੰਦਰ ਨੇ ਕਿਤੇ ਨਾ ਕਿਤੇ ਫਿਕਰਮੰਦ ਨੇ ਆਪਣੇ ਪਰਿਵਾਰਾਂ ਦੇ ਲਈ, ਤਾਂ ਤੁਸੀਂ ਕੀ ਕਰਨ ਜਾ ਰਹੇ ਹੋ? ਜਿੱਦਾਂ ਅੱਜ ਵੀ ਡਿਮਾਂਡ ਆਈ ਹੈ ਕਿ ਉਹ ਕਹਿੰਦੇ ਨੇ ਕਿ ਸਾਡੇ ਪਰਿਵਾਰਾਂ ਦੀ ਤਸੱਲੀ, ਕੀ ਉਹਨਾਂ ਨਾਲ ਵੀ ਕੋਈ ਗੱਲਬਾਤ ਕਰਵਾਓਗੇ, ਉਹਨਾਂ ਨੂੰ ਵੀ ਦਿਖਾਓਗੇ, ਜਾਂ ਉਹਨਾਂ ਦੀ ਕਿਸ ਤਰ੍ਹਾਂ? ਦੇਖੋ ਜੀ, ਉਹਨਾਂ ਨਾਲ ਮੇਰੀ ਗੱਲਬਾਤ ਹੋਈ, ਉਹ ਕਹਿੰਦੇ ਜੀ ਸਾਡੇ ਕੋਲ ਸਾਰਿਆਂ ਕੋਲ ਫੋਨ ਆ, ਘਰਾਨਾ ਅਸੀਂ ਗੱਲਬਾਤ ਕਰ ਦਿੰਦੇ ਹਾਂ। ਔਰ ਜਿਹੜਾ ਬੰਦਾ ਸਮੱਸਿਆ ਦੱਸੇਗਾ, ਜਿੱਦਾਂ ਨਰੋਤਮ ਵਿਹਾਰ ਦੀ ਸਮੱਸਿਆ ਦੱਸੀ ਗਈ ਆ ਕਿ ਉਹਨਾਂ ਦੇ ਪਰਿਵਾਰਾਂ ਨਾਲ ਲੋਕ ਥੋੜ੍ਹੀ ਜਿਹੀ ਘਿਰਣਾ ਕਰ ਰਹੇ ਆ, ਉਹ ਘਿਰਣਾ ਆਪਣੇ ਵੀ ਖਤਮ ਹੋ ਗਈ ਜਦ ਰਾਣੇ ਨੇ ਚਾਹ ਪੀ ਆਉਣੀ ਆ। ਮੈਂ ਇੱਥੇ ਤਾਂ MLA ਹਾਂ, ਉਹ ਸਾਰੇ ਜਾਣਦੇ ਕਿ ਵੀ ਮੈਂ ਹੁਣ ਮੌਤ ਨੂੰ ਤਾਂ ਜਾ ਕੇ ਜੱਫੀ ਪਾਉਣੀ ਨਹੀਂ, ਸੇਵਾ ਗੱਲ ਵੱਖਰੀ ਆ, ਲੇਕਿਨ ਜਦ ਮੈਨੂੰ ਪਤਾ ਨੈਗੇਟਿਵ ਆ ਮੈਂ ਚਾਹ ਪੀ ਆਊਂਗਾ, ਸਾਰਿਆਂ ਨੂੰ ਸਮਝ ਆ ਜਾਣੀ ਆ। ਕੁਛ ਨਾ ਕੁਛ ਕਰਨਾ ਪਊਗਾ ਯਾਰ ਲੋਕਾਂ ਨੂੰ ਸਮਝਾਉਣ ਲਈ, ਜੇ ਅਸੀਂ ਕਹੀਏ ਕਿ ਭਾਸ਼ਣ ਦੇ ਕੇ ਸਮਝਾ ਲਾਂਗੇ ਲੋਕ ਨਹੀਂ ਸਮਝਣ ਵਾਲੇ। ਕਪੂਰਥਲਾ ਤੋਂ ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।